ਇਹ ਤਾਲਾ ਚੈੱਕ ਕਰੋ ਜੀ, ਇਹ ਤਾਲਾ ਵੀ ਉਸੇ ਦੌਰ ਦਾ ਹੀ ਹੈ। ਇਹ ਤੇ ਆਪਣਾ ਯਾਰ, ਇਹ ਤਾਲਾ ਮੈਂ ਦੱਸਾਂ ਮੈਂ ਨਹੀਂ ਵੇਖਿਆ ਯਾਰ, ਤੂੰ ਪਹਿਲੇ ਕੀ ਦੱਸ। ਇਹਨੇ ਇਸ ਤਰ੍ਹਾਂ ਬੰਦ ਹੋ ਜਾਂਦਾ। ਅੱਛਾ, ਇਹ ਹੁਣ ਬੰਦ ਹੋ ਗਿਆ। ਹਾਂ ਹਾਂ, ਇਹ ਬੰਦ ਹੋ ਗਿਆ। ਇਹ ਫਿਰ ਕੱਢ ਲੈਣਾ, ਯਾਨੀ ਇਹ ਤੁਹਾਡਾ ਲਾਕ, ਇਹ ਚਾਬੀ ਤੁਸੀਂ ਆਪਣੇ ਕੋਲ ਰੱਖ। ਮਤਲਬ ਵੱਡੀ ਹੈਵੀ ਚਾਬੀ ਬਣਾ ਦੇ, ਇਹਨੇ ਇਸ ਤਰ੍ਹਾਂ ਕਰਕੇ ਇਹਨੂੰ ਖੋਲ ਲੈਣਾ। ਇਹ ਖੁੱਲ ਜਾਣਾ ਇਸ ਤਰ੍ਹਾਂ। ਤੇ ਕਿੰਨਾ ਚਿਰ ਪੁਰਾਣਾ ਹੋਏਗਾ ਤਾਲਾ? ਤਾਲਾ ਹਾਂ, ਹੋ ਸਕਦਾ ਕਿ 100 ਸਾਲ ਪੁਰਾਣਾ ਹੋਵੇ। ਇੱਕ ਥੂਮ ਜਿਹਨੂੰ ਤੁਹਾਨੂੰ ਪਤਾ ਹੈ, ਇਹ ਮਰੀਦ ਕਿੱਥੋਂ ਲਿਆਂਦਾ ਸੀ? ਮਰੀਦ ਕਿੱਥੋਂ ਲਿਆਂਦਾ ਸੀ? ਹਾਂ, ਬੇਰੀ ਵਾਲੀ ਜਗ੍ਹਾ ਮਿੱਟੀ ਮੁੱਟੀ ਪਾਈ ਦੀ ਆ, ਉਦੋਂ ਨੀਵਾਂ ਦੌਰ ਸੀ, ਹੁਣ ਇਹਦੇ ਚ ਮਿੱਟੀ ਪਾ ਕੇ ਬਹੁਤ ਉੱਚੀ ਜਗ੍ਹਾ ਹੋ ਗਈ। ਇਹ ਕਮਰੇ ਬਾਅਦ ਚ ਬਣੇ ਹੋਏ ਨੇ, ਜਿਹੜੇ ਨਕਸ਼ਾ ਇੱਥੇ ਪਹਿਲੇ ਦੋ ਕਮਰੇ ਤੇ ਇੱਥੋਂ ਦੇ ਜੋ ਲੋਕਲ ਬਜ਼ੁਰਗ ਸਾਨੂੰ ਕੀ ਗੱਲਾਂ ਕਰਦੇ ਸਨ ਕਿ ਇੱਥੇ, ਕਿਉਂਕਿ ਮੈਂ ਜਿਨ੍ਹਾਂ ਦੇ ਕਹਿਣ ਤੇ ਆਇਆ ਨਾ, ਉਹ ਮਤਲਬ ਕਿ ਸਾਡੀ ਭੈਣ ਏ ਲੁਹਾਰਾ ਤਰਖਾਣਾ ਦੇ ਵਿੱਚ, ਉਹਨਾਂ ਦੇ ਜਿਹੜੇ ਨਾਨੇ ਦਾ ਪਿੰਡ ਅਸਲ ਵਿੱਚ ਬੂਟ ਮਸਜਿਦ ਦੁਆਲਾ ਥਾਂ ਹੇਠਲਾ ਥਾਂ ਮੈਂ ਕੁਝ ਨਾ ਬੋਲਾਂ ਕਿ ਤੁਹਾਡੇ ਜ਼ਿਹਨ ਚ ਆ ਜਾਣਗੇ ਵਾਕਿਆ ਨਾਂ ਦੇ ਬੰਦੇ ਆਇਆ ਸਨ, ਨਾਂ ਲਵਾਂ ਬੋਲ। ਜਗਤ ਸਿੰਘ, ਭਗਤ ਸਿੰਘ, ਵੀਰ ਸਿੰਘ, ਸੋਹਣ ਸਿੰਘ, ਬੂਰ ਸਿੰਘ, ਇਸ ਨਾਂ ਦੇ ਬੰਦੇ ਆਏ ਸਨ, ਹੈਗੇ ਸਨ। ਹਵੇਲੀ ਵਾਲਿਆਂ ਦਾ ਵਿੱਚੋਂ ਵੀ ਨਾਂ ਇੱਕ ਹੈ, ਮੈਂ ਤੁਹਾਨੂੰ ਦੱਸਣਾ ਵਾ। ਤੁਹਾਨੂੰ ਬਾਹਰ ਵਾਲੀ ਸਾਈਡ ਦਿਖਾ ਰਹੇ ਹਾਂ, ਅੰਦਰੂਨੀ ਹਿੱਸਾ ਵੀ ਰਿਕਾਰਡ ਕੀਤਾ ਵੇ। ਗੁਰਦੁਆਰਾ ਸਾਹਿਬ ਆਪਣਾ ਪਿੰਡ ਕੱਕਾ ਅਤੇ ਸ਼ਹਾਦਾ ਔਰ ਕੋਟਲੀ ਦਾ ਸਾਂਝਾ ਗੁਰਦੁਆਰਾ ਸੀ, ਠੀਕ ਹੈ ਜੀ। ਤਹਿਸੀਲ ਸ਼ਕਰਗੜ੍ਹ 'ਚ ਪਿੰਡ ਆਉਂਦਾ ਵੇ ਔਰ ਜ਼ਿਲ੍ਹਾ ਨਾਰੋਵਾਲ, ਠੀਕ ਹੈ ਜੀ। ਪੁਰਾਣਾ ਪਿੰਡ ਜੀ, ਤਾਰੀਖੀ ਹਿਸਟੋਰੀਕਲ ਪਿੰਡ। ਤਾਂ ਇੱਥੋਂ ਦੇ ਜੋ ਸਰਦਾਰ ਲੋਕ ਨੇ ਉਹ ਜਾ ਬੈਠੇ ਜੀ, ਆਪਣਾ ਹਰਪ੍ਰੀਤ ਭਾਅ ਜੀ, ਉਹਨਾਂ ਦੀ ਰਿਕੁਐਸਟ 'ਤੇ ਮੈਂ ਇੱਥੇ ਹਾਜ਼ਰ ਹੋਇਆ ਜੀ। ਉਹਨਾਂ ਦੇ ਦਾਦਾ ਜਾਂ ਸਰਦਾਰ ਚੰਨਣ ਸਿੰਘ ਦਾ ਪਿੰਡ ਸੀ, ਲੰਲੀ ਜੱਟਾਂ ਦਾ ਪਿੰਡ ਜੀ, ਠੀਕ ਹੈ ਜੀ, ਜੋ ਇੱਥੋਂ ਉੱਠ ਕੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਆਦੀਆਂ ਵਿੱਚ ਬੈਠੇ ਨੇ। ਵਾਲਾ ਸਾਹਿਬ ਦਾ ਹਟੇ ਦੇ ਨਾਂ ਹੀ ਮਮਈ ਯਕੂਬ ਦਾ। ਅੱਛਾ, ਇੱਦਾਂ ਹੀ ਲੈ ਜੇ ਲਾਓ ਲਾਓ ਤੁਸੀਂ ਇੱਥੇ। ਅੱਛਾ, ਲਾਈਟ ਗਈ ਹੈ, ਲਾਈਟ ਜਾਣ ਕਰਕੇ ਤੁਸੀਂ ਨਾ ਮਤਲਬ ਹੱਥ ਨਾਲ ਪੱਠੇ ਕੁੱਟ ਰਹੇ ਹੋ, ਠੀਕ ਹੈ ਜੀ। ਪਿੰਡ ਕੱਕਾ ਸ਼ਹਾਦਾ। ਅੱਛਾ, ਇਹ ਸੀ ਆਪਣਾ ਗੁਰਦੁਆਰਾ ਤੇ ਵੀਰ ਜੀ, ਪਿੰਡ ਕੱਕਾ ਸ਼ਹਾਦਾ ਤੇ ਕੋਟਲੀ, ਹਾਂਜੀ ਇਹ ਕੋਟਲੀ ਹੈ, ਤਿੰਨੋਂ ਪਿੰਡ ਇਕੱਠੇ, ਯਾਨੀ ਤਿੰਨੋਂ ਨਾਵੇਂ ਜਿਹੜੇ ਇਕੱਠੇ ਹੋ ਗਏ, ਹਾਂਜੀ ਠੀਕ ਹੈ, ਹਾਂਜੀ। ਤੇ ਜੋ ਮਤਲਬ ਇੱਥੇ ਉਹ ਪੁਰਾਣੇ ਵਕਤ 'ਚ, ਕਿਉਂਕਿ ਸਿੱਖਾਂ ਦਾ ਪਿੰਡ ਸੀਗਾ ਤੇ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ, ਹੈ ਨਾ, ਉਹ ਅਸੀਂ ਦਿਖਾ ਰਹੇ ਹਾਂ, ਤੇ ਆਓ ਅੰਦਰ ਅਸੀਂ ਵੇਖ ਸਕਦੇ ਹਾਂ, ਹਾਂਜੀ ਠੀਕ। ਅਤੇ ਇਹ ਜੀ ਵੇਖੋ, ਪੁਰਾਣੇ ਵਕਤ ਦੀਆਂ ਮਤਲਬ ਕਿ ਤੁਹਾਨੂੰ ਇੱਟਾਂ, ਬਰੀਕ ਟਾਇਲਟ ਜਿਹਨੂੰ ਨਾਨਕ ਸ਼ਾਹੀ ਇੱਟ ਵੀ ਕਿਹਾ ਜਾਂਦਾ ਸੀ, ਠੀਕ ਹੈ ਜੀ। ਔਰ ਕਿਹਾ ਕਿ ਹਿਸਟੋਰੀਕਲ ਤੁਸੀਂ ਗੁਰਦੁਆਰਾ ਸਾਹਿਬ ਕਹਿ ਲਓ, ਤਿੰਨਾਂ ਪਿੰਡਾਂ ਦਾ ਸਾਂਝਾ ਸੀ ਇਹ ਗੁਰਦੁਆਰਾ, ਹੈ ਨਾ, ਠੀਕ ਹੈ।
ਤਹਿਸੀਲ ਸ਼ਕਰਗੜ੍ਹ ਨਾਰਵਾਲ ਜਬਕਿ 1947 ਤੋਂ ਪਹਿਲੇ ਜ਼ਿਲ੍ਹਾ ਗੁਰਦਾਸਪੁਰ ਸੀ ਸਾਰੀ ਬਰੀਕ ਟਾਇਲ ਦਾ ਬਣਿਆ ਅੱਛਾ ਗੁਰਦੁਆਰਾ ਸੀ ਜੀ ਪਿੰਡ ਕੱਕਾ ਸ਼ਹਿਜ਼ਾਦਾ ਔਰ ਕੋਲੜੀ ਦਾ ਸਾਂਝਾ ਤਿੰਨ ਪਿੰਡ ਜੀ ਬੇਸਿਕਲੀ ਲੇਕਿਨ ਨਾ ਕੱਕਾ ਸ਼ਹਿਜ਼ਾਦਾ ਇਕੱਠੇ ਸਜਾਏ ਜਾਂਦੇ ਅਤੇ ਕੋਲੜੀ ਨੂੰ ਨਾਲ ਇਹਨਾਂ ਨੇ ਜੁਆਇਨ ਕਰ ਲਿਆ ਅਤੇ ਆਪਣਾ ਹਰਪ੍ਰੀਤ ਭਾਅ ਜੀ ਹੈ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਤੁਹਾਡੇ ਬਜ਼ੁਰਗ ਕਿੱਥੇ ਮਤਲਬ ਕਿ ਬਾਤ ਵਗੈਰਾ ਕਰਦੇ ਸਨ ਹਾਂਜੀ ਉਹ ਪਿੱਲਰ ਉਹ ਆਪ ਬਣਾਇਆ ਹੈ ਬਾਕੀ ਉਹ ਸਾਰਾ ਕੁਝ ਆਪ ਤੁਸੀਂ ਬਣਾਉਣਾ ਬਾਅਦ ਹਾਂ ਉਹ ਆਪ ਹੀ ਬਣਾਇਆ ਸਹੀ ਹੈ ਪੁਰਾਣਾ ਸਿਰਫ ਹੈ ਹੀ ਸਹੀ ਜੋ ਇਹਦੇ ਉੱਤੇ ਜਿਹੜਾ ਨਾ ਸੀੜੀ ਹੁੰਦਾ ਹੈ ਜਿਹੜੀ ਕੋਠੀ ਨਿਮਾਣੀ ਸੀੜੀਆਂ ਜਾਂਦੀਆਂ ਨੇ ਸੀੜੀਆਂ ਵਾਂਗੂ ਉੱਤੇ ਜੋ ਮੰਮੀ ਹੁੰਦੀ ਹੈ ਚੁਬਾਰਾ ਚੁਬਾਰਾ ਚੁਬਾਰੇ ਵਾਂਗੂ ਖਾਸੀ ਚ ਡਿੱਗ ਗਿਆ ਸੀ ਫਿਰ ਡਿੱਗ ਪਿਆ ਖਾਸੀ ਚ ਡਿੱਗ ਗਿਆ ਜ਼ਿਲ੍ਹਾ ਗੁਰਦਾਸਪੁਰ ਅੱਛਾ ਜ਼ਿਲ੍ਹਾ ਗੁਰਦਾਸਪੁਰ ਸੀ ਜ਼ਿਲ੍ਹਾ ਗੁਰਦਾਸਪੁਰ ਤੇ ਪਿੰਡ ਦਾ ਨਾਮ ਜੈਨਪੁਰ ਜੈਨਪੁਰ ਤੇ ਤਹਿਸੀਲ ਕਿਹੜੀ ਜਾਂਦਾ ਭਲਾ ਤਹਿਸੀਲ ਬਟਾਲਾ ਸੀ ਜਾਂ ਕਿਹੜੇ ਇਹ ਅੱਲਾ ਬਿਹਤਰ ਜਾਣਦਾ ਜ਼ਿਲ੍ਹਾ ਗੁਰਦਾਸਪੁਰ ਸੀ ਤਹਿਸੀਲ ਜਿਹੜੀ ਉਹ ਮਤਲਬ ਕਿ ਉਹਦਾ ਨਹੀਂ ਪਤਾ ਉਹਦਾ ਨਹੀਂ ਪਤਾ ਪਿੰਡ ਦਾ ਨਾਂ ਜੈਨਪੁਰ ਜੈਨਪੁਰ ਅਤੇ ਉੱਥੋਂ ਦੇ ਭਾਈ ਸਾਹਿਬ ਜੀ ਮਤਲਬ ਉਹਨਾਂ ਤੁਹਾਡੇ ਬਜ਼ੁਰਗਾਂ ਨੂੰ ਫਿਰ ਮਤਲਬ ਕਿ ਕਹਿ ਲਓ ਕਿ ਮਿਲਿਆ ਹੈ ਨਾ ਰਹਿਣ ਬਹਿਣ ਲਈ ਠੀਕ ਹੋ ਭਾਈ ਖੜਾ ਜੀ ਨਹੀਂ ਬਸ ਸਾਰਾ ਕੁਛ ਹੋ ਗਿਆ ਅਸੀਂ ਬਸ ਨਾ ਉਹ ਜਿਸ ਦਿਨ ਅਸੀਂ ਹੁਣ ਦੇਖੋ ਨਾ ਜੀ ਮੈਂ ਮਰੀਦ ਕਿਥੋਂ ਲਿਆਂਦਾ ਸੀ ਤੁਸੀਂ ਅੰਦਰੂਨੀ ਸਾਵੀ ਰਿਕਾਰਡ ਕੀਤਾ ਵੇ ਗੁਰਦੁਆਰਾ ਸਾਹਿਬ ਆਪਣਾ ਪਿੰਡ ਕੱਕਾ ਤੇ ਸ਼ਹਿਜ਼ਾਦਾ ਔਰ ਕੋਟਲੀ ਦਾ ਸਾਂਝਾ ਗੁਰਦੁਆਰਾ ਸੀ ਠੀਕ ਹੈ ਜੀ ਤਹਿਸੀਲ ਸ਼ਕਰਗੜ੍ਹ ਚ ਪਿੰਡ ਆਉਂਦਾ ਵੇ ਔਰ ਜ਼ਿਲ੍ਹਾ ਨਾਰਵਾਲ ਠੀਕ ਹੈ ਜੀ ਪੁਰਾਣਾ ਪਿੰਡ ਜੀ ਤਾਰੀਖੀ ਹਿਸਟੋਰੀਕਲ ਪਿੰਡ ਤਾਂ ਇੱਥੋਂ ਦੇ ਜੋ ਸਰਦਾਰ ਲੋਕ ਨੇ ਉਹ ਜਾ ਬੈਠੇ ਜੀ ਆਪਣਾ ਹਰਪ੍ਰੀਤ ਭਾਅ ਜੀ ਉਹਨਾਂ ਦੀ ਰਿਕੁਐਸਟ 'ਤੇ ਮੈਂ ਇੱਥੇ ਹਾਜ਼ਰ ਹੋਇਆ ਜੀ ਉਹਨਾਂ ਦੇ ਦਾਦਾ ਜਾਨ ਸਰਦਾਰ ਚੰਨਣ ਸਿੰਘ ਦਾ ਪਿੰਡ ਸੀ ਔਰ ਲੱਲੀ ਜੱਟਾਂ ਦਾ ਪਿੰਡ ਜੀ ਠੀਕ ਹੈ ਜੀ ਜੋ ਇੱਥੋਂ ਉੱਠ ਕੇ ਜ਼ਿਲ੍ਹਾ ਗੁਰਦਾਸਪੁਰ ਔਰ ਪਿੰਡ ਆਦੀਆਂ ਵਿੱਚ ਬੈਠੇ ਨੇ ਵਾਲਦ ਸਾਹਿਬ ਦਾ ਸਾਡੇ ਨਾਂ ਹੀ ਮਮਈ ਯਕੂਬ ਖਾਂ ਅੱਛਾ ਜੀ ਭਾਈ
ਇਧਰ ਸ਼ਤੀਰ ਸਨ ਪਏ ਹੋਏ ਪਤਾ ਨੀ ਅੰਬ ਦੇ ਸਨ ਕਿ ਪਿੱਪਲ ਦੇ ਸਨ ਖਰਾਬ ਹੀ ਹੋਣੀ ਸੀ ਆਪਣੀ ਰਹਿਣ ਦੇ ਮਰਾਇਸ਼ ਦੇ ਮੁਤਾਬਕ ਬਣਾਉਂਦੇ ਗਏ ਤੇ ਰਹਿੰਦੇ ਗਏ ਨਿਸ਼ਾਨੀ ਮੌਜੂਦ ਹੈ ਜੀ ਵੀ ਹਾਂਜੀ ਹਾਂਜੀ ਅੰਦਰ ਵੀ ਆ ਖਲੋਤੀ ਹੈ ਦੁਆਰਾ ਕੋਈ ਨਹੀਂ ਉਹ ਤੁਸੀਂ ਕੀ ਸਮਝਦੇ ਹੋ ਘਰ ਔਰ ਖੂਹੀ ਪਹਿਲੇ ਇੱਕ ਹੀ ਸੀ ਖਾਤਾ ਅਸੀਂ ਭਾਈ ਜਦੋਂ ਇਹ ਬਜ਼ੁਰਗ ਸਾਥੀ ਵੱਡੇ ਦੱਸਦੇ ਨੇ ਇਸ ਤਰ੍ਹਾਂ ਅੰਦਰ ਬਣੇ ਹੋਏ ਸਨ ਪੁਰਾਣੇ ਇਸ ਪਾਸੇ ਵੱਲ ਅਗਲੇ ਬੰਨੇ ਏਦਾਂ ਹੀ ਹਾਤਾ ਪਿਆ ਹੋਇਆ ਸੀ ਅਗਲੇ ਬੰਨੇ ਪੈਲੀ ਸੀ ਤੇ ਇਸ ਤਰ੍ਹਾਂ ਨਾਲ ਹੀ ਬਾਹਰ ਵੱਲ ਕਰਕੇ ਖੂਹੀ ਸੀ ਅੱਛਾ ਖੂਹੀ ਸੀ ਸਹੀ ਕਹਿ ਰਹੇ ਨੇ ਜਦੋਂ ਖੂਹੀ ਪੂਰੀ ਛੋਟੀ ਸੀ ਬਾਬਾ ਜਿਹੜੇ ਇੱਥੋਂ ਲੋਕਲ ਜਿਹੜੇ ਸਨ ਇੱਥੋਂ ਦੇ ਰਹਿਣ ਵਾਲੇ ਬਾਬੇ ਲੋਕਲ ਬਾਬੇ ਬਾਬਾ ਮੁਹੰਮਦ ਸ਼ਰੀਫ ਜਗਤ ਸਿੰਘ ਸੀ ਭਗਤ ਸਿੰਘ ਸੀ ਆਹੋ ਗੱਲਾਂ ਕਰਦੇ ਰਹੇ ਸੁਖਬੀਰ ਸਿੰਘ ਸੀ ਨਾ ਯਾਦ ਨੀ ਯਾਰ ਸਾਨੂੰ ਠੀਕ ਅੱਛਾ ਇਹ ਜੀ ਮੈਂ ਤੁਹਾਨੂੰ ਇਸ ਵੇਲੇ ਛੱਪੜ ਦਿਖਾਉਣ ਜਾ ਰਿਹਾ ਵਾਂ ਜੋ ਤਕਰੀਬਨ ਕਿਸੇ ਹੱਦ ਤੱਕ ਪਿੰਡ ਨੂੰ ਵੰਡ ਰਿਹਾ ਸੀ ਕਿ ਕੋਲੀ ਜਾਂ ਮਤਲਬ ਕੱਕਾ ਹੈ ਸ਼ਹਿਜ਼ਾਦਾ ਇਸ ਤਰ੍ਹਾਂ ਨਹੀਂ ਨਹੀਂ ਘਰ ਹੈ ਗੁਰਦੁਆਰੇ ਸਾਹਿਬ ਦੀ ਜਗ੍ਹਾ ਸਾਰੀ ਸਾਰੀ ਆ ਗੁਰਦੁਆਰੇ ਦੀ ਜਗ੍ਹਾ ਛੱਪੜ ਵੀ ਇਹਦੇ ਵਿੱਚ ਅੱਛਾ ਜੀ ਹਾਂਜੀ ਠੀਕ ਹੈ ਨਹੀਂ ਓਦਾਂ ਛੱਪੜ ਪੁਰਾਣਾ ਉਹਨਾਂ ਦੇ ਦੌਰ ਦਾ ਹੀ ਹੈ ਉਦੋਂ ਪਹਿਲਾਂ ਦਾ ਹੀ ਹੈ ਉਦੋਂ ਪਹਿਲੇ ਦਾ ਛੱਪੜ ਅੱਛਾ ਹਾਂਜੀ ਟੋਟਲ ਰਾਜੀ ਕਿੰਨੀ ਸੀ ਭਲਾ ਗੁਰਦੁਆਰਾ 13 ਕਨਾਲਾਂ 13 ਮਰਲੇ 13 ਕਨਾਲਾਂ 13 ਮਰਲੇ ਵਿੱਚ ਇੱਕ ਉਹ ਖਾਨਕਾ ਅੱਛਾ ਹਾਂਜੀ ਅੱਛਾ ਵਿੱਚ ਵੀ ਖਾਂ ਕੀ ਨਾਮ ਬਜ਼ੁਰਗਾਂ ਦਾ ਪੀਰ ਖਾਕੀ ਸ਼ਾਹ ਸਾਹਿਬ ਪੀਰ ਖਾਕੀ ਸ਼ਾਹ ਸਾਹਿਬ ਹੈ ਦਰਬਾਰ ਸਿੱਖਾਂ ਦੇ ਦੌਰ ਦਾ ਹੀ ਬਾਅਦ ਚ ਬਣਾਇਆ ਨਹੀਂ ਇਹ ਸਨ 59 ਚ ਬਣਿਆ ਬਜ਼ੁਰਗ ਜ਼ਾਹਰ ਹੋ ਗਏ ਠੀਕ ਠੀਕ ਆਪਣੇ ਬਜ਼ੁਰਗ ਬਾਬਾ ਜੀ ਪਿੱਛੋਂ ਕਿੱਥੋਂ ਆਏ ਜੈਨਪੁਰ ਤੋਂ ਗੁਰਦਾਸ ਜ਼ਿਲ੍ਹਾ ਗੁਰਦਾਸਪੁਰ ਅੱਛਾ ਤਹਿਸੀਲ ਕਿਹੜੀ ਹੈ ਤਹਿਸੀਲ ਗੁਰਦਾਸਪੁਰ ਰਿਕਾਰਡ ਹੋ ਰਹੀ ਹੈ ਤੁਹਾਡੀ ਹਾਂਜੀ ਗੁਰਦਾਸਪੁਰ ਜ਼ਿਲ੍ਹਾ ਤਹਿਸੀਲ ਗੁਰਦਾਸਪੁਰ ਪਿੰਡ ਜੈਨਪੁਰ ਪਿੰਡ ਜੈਨਪੁਰ ਤੇ ਆਪਣੀ ਬਰਾਦਰੀ ਪਠਾਨ 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 ਕਿਹੜੇ ਪਠਾਨ ਤੁਸੀਂ ਜਿੱਦਾਂ ਲੁਹਾਨੀ ਪਠਾਨ ਲੁਹਾਨੀ ਹਾਂਜੀ ਲੁਹਾਨੀ ਤੁਹਾਡਾ ਕਬੀਲਾ ਸੀ ਹਾਂਜੀ ਹਾਂਜੀ ਲੁਹਾਨੀ ਅੱਜ ਤੋਂ ਕੋਈ 20-22 ਸਾਲ ਪਹਿਲੇ ਇੱਕ ਸਰਦਾਰ ਸਾਹਿਬ ਆਏ ਨੇ ਜੋ ਕਿ ਲੁਹਾਰਾਂ ਤਰਖਾਣਾ ਚ ਸਨ ਹੈਨਾ ਦਿੱਲੀ ਚਲ ਗਏ ਨੇ ਦਿੱਲੀ ਚਲ ਗਏ ਅੱਛਾ ਤੁਹਾਡੀ ਮੁਲਾਕਾਤ ਹੋਈ ਤੁਸੀਂ ਵੇਖੇ ਨਹੀਂ ਇੱਕ ਵਾਰੀ ਵੇਖੇ ਨੇ ਮੈਨੂੰ ਉਹ ਜਦੋਂ ਮਾਲ ਪੁੱਟੇ ਖੜਿਆ ਨਾ ਉਦੋਂ ਨਹੀਂ ਸਾਨੂੰ ਮਿਲੇ ਅੱਛਾ ਕੁਮਾਰ ਸ਼ਾਹ ਵੀ ਪੁੱਟ ਕੇ ਨਾ ਹਾਂਜੀ ਰਾਤ ਨੂੰ ਬਾਜ਼ਾਰੋਂ ਗੱਡੀ ਆਈ ਹੈ ਇੱਕ ਅੱਛਾ ਤੇ ਨਾਲ ਮੋਟਰਸਾਈਕਲ 125 ਤੇ ਉਹ ਮੜੀ ਸੀ ਉੱਥੇ ਮੜੀ ਚੋਂ ਨਾ ਪੁੱਟ ਕੇ ਖੜਿਆ ਮਾਲ ਮੜੀ ਚ ਮਾਲ ਨਹੀਂ ਹੁੰਦਾ ਨਹੀਂ ਨਹੀਂ ਅਸਤੀਆਂ ਹੁੰਦੀਆਂ ਇਹਨਾਂ ਦੇ ਬਜ਼ੁਰਗਾਂ ਦੀਆਂ ਉਹ ਪੁੱਟ ਕੇ ਖੜਦੇ ਆ ਛੱਪੜ ਖੂਹ ਵਾਲੀ ਜਗ੍ਹਾ ਕਿੱਥੇ ਜੇ ਮਿੱਟੀ ਮੁੱਟੀ ਪਾਈ ਦੀ ਓਦੋ ਨੀਵਾਂ ਦੌਰ ਸੀ ਉਹਨੇ ਇਹਦੇ ਚ ਮਿੱਟੀ ਪਾ ਕੇ ਬਹੁਤ ਉੱਚੀ ਜਗ੍ਹਾ ਹੋਈ ਕਮਰੇ ਬਾਅਦ ਚ ਬਣੇ ਹੋਏ ਨੇ ਦੁਬਾਰਾ ਨਕਸ਼ਾ ਇੱਥੇ ਪਹਿਲੇ
ਫਿਰ ਉਹ ਜਿਹੜੀ ਪਰਲੇ ਬੰਨੇ ਘਰ ਚ ਹਾਥਾ ਚਲਾ ਗਿਆ ਜਿਹੜਾ ਇਹ ਸੀ ਨਾ ਇਹ ਫਿਰ ਅਸੀਂ ਏਦਾਂ ਨੂੰ ਮੂੰਹ ਕਰਕੇ ਆਪਣਾ ਘਰ ਬਣਾ ਲਿਆ ਅਸੀਂ ਇਹਨੂੰ ਇਸੇ ਤਰ੍ਹਾਂ ਵੇਖਿਆ ਆਪਣੀ ਹੋਸ਼ ਚ ਔਰ ਤੁਸੀਂ ਇਹ ਵੀ ਸੁਣ ਰੱਖਿਆ ਕਿ ਜਿਹੜੇ ਇੱਥੋਂ ਦੇ ਜੱਦੀ ਲੋਕ ਸਨ ਜਿਸ ਤਰ੍ਹਾਂ ਮੈਂ ਇੱਕ ਮਿਸਾਲ ਦਿਆਂਗਾ ਸ਼੍ਰੀ ਬਾਬਾ ਸ਼ਰੀਫ ਦੇ ਰੂਪ ਚ ਉਹ ਗੱਲਾਂ ਕਰਦੇ ਹਨ ਕਿ ਭਾਈ ਇਹ ਲੁਹਾਰਾਂ ਤੋਂ ਖਾਣ ਦਾ ਘਰ ਨਹੀਂ ਬਜ਼ੁਰਗ ਆਏ ਸਨ ਇੱਥੇ ਉਹ ਇਹ ਗੱਲ ਕਹਿੰਦੇ ਹਨ ਕਿ ਇੱਥੇ ਹੀ ਰਹਿੰਦੇ ਰਹੇ ਹਾਂ ਅੱਛਾ ਔਰ ਉਹ ਦਿੱਲੀ ਤੋਂ ਆਏ ਸਨ ਦਿੱਲੀ ਚੋਂ ਆਏ ਸਨ ਉਹ ਆਉਂਦੇ ਹਾਂ ਕਿ ਅਸੀਂ ਇੱਥੇ ਪੰਜ ਚਾਰ ਭਰਾ ਇੱਥੇ ਰਹਿੰਦੇ ਪੀਂਦੇ ਰਹੇ ਹਾਂ ਅੱਗੇ ਹੁਣ ਸਾਨੂੰ ਨਹੀਂ ਪਤਾ ਬੂਟੇ ਜਿਹੜੇ ਨੇ ਇੱਥੇ ਹੱਥ ਚ ਲੱਗੇ ਨੇ ਠੀਕ ਕਿਉਂਕਿ ਸੁੱਕ ਗਈ ਸੀ ਅਸੀਂ ਪੁੱਠਦੇ ਤੇ ਫੇਰ ਵੀ ਨਾ ਫਲਦਾਰ ਪੌਦਾ ਸੀ ਲਿਸ਼ਕ ਪੈ ਗਈ ਸੀ ਨਾ ਤੇ ਗੱਲ ਕੀ ਹੋਈ ਸੀ ਉਹ ਫਿਰ ਡਿੱਗ ਪੈਣੀ ਸੀ ਜੇ ਅਸੀਂ ਇਸ ਕਰਕੇ ਫਿਰ ਤੇ ਅੱਛਾ ਇਹ ਘਰ ਮੌਜੂਦ ਹੈ ਪਿੰਡ ਘੱਕੇ ਦੇ ਵਿੱਚ ਇਹ ਘੱਕੇ ਦਾ ਹਦੂਦ ਰੱਖਦਾ ਕੱਕਾ ਕੋਲੀ ਚਲੋ ਠੀਕ ਹੋ ਗਿਆ ਤੇ ਇਹ ਆਪਣਾ ਘਰ ਜੀ ਉਹ ਜੋ ਇੱਥੋਂ ਦੇ ਲੁਹਾਰ ਤੇ ਖਾਨ ਸਨ ਤੁਹਾਨੂੰ ਇੱਥੋਂ ਦੇ ਜੱਦੀ ਬਜ਼ੁਰਗਾਂ ਤੋਂ ਖੈਰ ਨਹੀਂ ਕਿਉਂਕਿ ਇੱਥੇ ਇੱਕ ਦੋ ਹੀ ਘਰ ਸੀ ਬਹੁਤ ਚ ਜਿਹੜੇ ਦਿੱਲੀ ਤੋਂ ਸਰਦਾਰ ਆਏ ਨਾ 20-22 ਸਾਲ ਪਹਿਲੇ ਉਹਨਾਂ ਨੇ ਕਨਫਰਮ ਕੀਤਾ ਕਿ ਜੀ ਇਹ ਸਾਡਾ ਘਰ ਨਾਂ ਤਾਂ ਪਤਾ ਇਹਨਾਂ ਦਾ ਕੀ ਸੀ ਜਿਹੜੇ ਠੀਕ ਹੋ ਖੁਲੀ ਹੁੰਦੀ ਸੀ ਬਾਬਾ ਜੀ ਕੀ ਹਾਲ ਹੈ ਠੀਕ ਠਾਕ ਠੀਕ ਠਾਕ ਅੱਛਾ ਤੇ ਤੁਹਾਡਾ ਜੱਦੀ ਪਿੰਡ ਹੈ ਜੱਦੀ ਨੇ ਮੈਂ ਮਾਰ ਜਾ ਰਹੀ ਹਾਂ ਅੱਛਾ ਤੁਸੀਂ ਵੀ ਜੈਨਪੁਰ ਤੋਂ ਆਹੋ ਠੀਕ ਹੋ ਗਿਆ ਅਤੇ ਇੱਥੋਂ ਦੇ ਜੋ ਲੋਕਲ ਬਜ਼ੁਰਗ ਸਾਨੂੰ ਕੀ ਗੱਲਾਂ ਕਰਦੇ ਸਨ ਕਿ ਇੱਥੇ ਕਿਉਂਕਿ ਮੈਂ ਜਿਨ੍ਹਾਂ ਦੇ ਕਹਿਣ 'ਤੇ ਆਇਆ ਨਾ ਉਹ ਮਤਲਬ ਕਿ ਉਹ ਸਾਡੀ ਭੈਣ ਹੈ ਲੁਹਾਰਾਂ ਤਰਖਾਣਾ ਦੇ ਵਿੱਚ ਉਹਨਾਂ ਦੇ ਜਿਹੜੇ ਨਾਨੇ ਦਾ ਪਿੰਡ ਅਸਲ ਵਿੱਚ ਮੂਲ ਦੁਆਲਾ ਥਾਂ ਹੇਠਲਾ ਥਾਂ ਇਹ ਲੁਹਾਰਾਂ ਦੇ ਘਰ ਜਿੱਥੇ ਅਸੀਂ ਨਾਲ ਰਹਿੰਦੇ ਹਾਂ ਮਸਜਿਦ ਦੇ ਨਾਲ ਇਹ ਮਾਈ ਰਾਜੋ ਦਾ ਰੰਡ ਮਰੰਡੀ ਸੀ ਉਹ ਬੁੱਢੀ ਤਗੜੀ ਸੀ ਅੱਛਾ ਹਾਂ ਉਹਦਾ ਉਹ ਘਰ ਸੀ ਅੱਛਾ ਮੈਂ ਕੁਝ ਨਾ ਬੋਲਾਂ ਅਗਰ ਤੁਹਾਡੇ ਜ਼ਿਹਨ ਚ ਆ ਜਾਣ ਕਿ ਵਾਕਿਆ ਨਾਂ ਦੇ ਬੰਦੇ ਆਇਆ ਸਨ ਨਾਂ ਲਵਾਂ ਹਾਂ ਨਾ ਬੋਲ ਜਗਤ ਸਿੰਘ ਭਗਤ ਸਿੰਘ ਵੀਰ ਸਿੰਘ ਸੋਹਣ ਸਿੰਘ ਬੂੜ ਸਿੰਘ ਇਸ ਨਾਂ ਦੇ ਬੰਦੇ ਆਏ ਸਨ ਹੈਗੇ ਸਨ ਉਹ ਵੇਲੀ ਵਾਲਿਆਂ ਦਾ ਵਿੱਚੋਂ ਵੀ ਨਾਂ ਇੱਕ ਹੈ ਮੈਂ ਤੁਹਾਨੂੰ ਦੱਸਣਾ ਵਾ ਦੋ ਨੇ ਦੋ ਬੰਦੇ ਨੇ ਇੱਕ ਮੁੰਡਾ ਮੈਨੂੰ ਹੋਰ ਰਿਕੁਐਸਟ ਕਰਦਾ ਉਹਨੇ ਕਿਹਾ ਜੀ ਮੇਰੇ ਦਾਦੇ ਦਾ ਨਾਂ ਚੰਨਣ ਸਿੰਘ ਸੀ ਇੱਕ ਬੇਲਾ ਸਿੰਘ ਸੀ ਇੱਕ ਬਹਾਦਰ ਸਿੰਘ ਸੀ ਤਿੰਨ ਭਰਾ ਸਨ ਤੁਸੀਂ ਜਿਹੜੇ ਨਾਂ ਸੁਣੇ ਉਹ ਨਾਂ ਲੈ ਲਓ ਤੁਸੀਂ ਦੱਸੋ ਤੁਸੀਂ ਕਿਹੜਾ ਕਿਹੜਾ ਨਾਂ ਸੀ ਉਹ ਮੈਨੂੰ ਨਾਂ ਹੀ ਭੁੱਲ ਜਾਂਦੇ ਤੇ ਮੈਂ ਕੀ ਕਰਾਂ ਉਹ ਦਿਮਾਗ ਨਹੀਂ ਨਾ ਕੰਮ ਕਰਦਾ ਹੁਣ ਗਹਿਣਾ ਸਿੰਘ ਤੁਸੀਂ ਕਹਿ ਰਹੇ ਗਹਿਣੂ ਦੀ ਤਾਂ ਉਹ ਹਵੇਲੀ ਸੀ ਜਿਹੜੀ ਉਹ ਜੱਟਾਂ ਨੂੰ ਦੇਛੜੀ ਆ ਉਹ ਗਹਿਣੂ ਦੀ ਸੀ ਸਾਰੀ ਉਹ ਗਹਿਣੂ ਦੀ ਸੀ ਹਵੇਲੀ ਵਾਲਿਆਂ ਵਿੱਚੋਂ ਵੀ ਬੰਦੇ ਦਾ ਨਾਂ ਯਾਦ ਸੀ ਦੋਵਾਂ ਦੇ ਮੈਨੂੰ ਉਹ ਵੀ ਭੁੱਲ ਗਏ ਹਾਂ ਖੱਤਰੀ ਹੈ ਸਨ ਇੱਥੇ ਹਿੰਦੂ ਖੱਤਰੀ ਲੋਕ ਹਿੰਦੂ ਨਹੀਂ ਸਨ ਇੱਥੇ ਸਿੱਖ ਹੀ ਸਨ ਸਿੱਖਾਂ ਨੇ ਵੀ ਲੈ ਹਾਂ ਇੱਥੇ ਹਿੰਦੂ ਨਹੀਂ ਸੀ ਨਾ ਖੱਤਰੀ ਸਨ ਛੱਪੜ ਤੋਂ ਪਾਰਲੇ ਪਾਸੇ ਗੁਰਦੁਆਰਾ ਕੋਈ ਕਿੱਥੇ ਤੁਸੀਂ ਦੱਸਾਂਗੇ
ਪਿਛਾੜੀ ਪੁਰਾਣੇ ਕਮਰੇ ਹਨ ਇੱਥੇ ਜਿਹੜੇ ਸਾੜ ਕੇ ਗਏ ਹਨ ਇੱਥੇ ਉਹ ਬਰਾਂਡਾ ਸੀ ਅੱਗੇ ਦੋ ਕਮਰੇ ਸਨ ਬਾਕੀ ਇਹ ਜਿਹਾ ਹਾਤਾ ਸੀ ਨਾ ਹਾਂਜੀ ਇਹ ਸਾਰਾ ਸਾਰਾ ਖਾਲੀ ਸੀ ਠੀਕ ਹੈ ਇਹਦੇ ਚ ਕੁਛ ਵੀ ਨਹੀਂ ਹੈਗਾ ਇਹ ਖੂਹੀ ਸੀ ਬਸ ਹਵੇਲੀ ਕਿਨ੍ਹਾਂ ਦੀ ਸੀ ਉਹਨਾਂ ਦੀ ਬਾਬਾ ਸੇਖੋ ਕੀ ਦੱਸਦਾ ਇਹਦਾ ਹੁਣ ਸਾਨੂੰ ਨਹੀਂ ਕਹੀਏ ਜਿਹੜਾ ਪਤਾ ਹੀ ਨਹੀਂ ਹੁਣ ਜਿਹੜਾ ਪਤਾ ਕਿ ਹਵੇਲੀ ਸੀ ਹਾਂ ਇਹ ਹਵੇਲੀ ਹੁੰਦੀ ਸਿੱਖਾਂ ਦੀ ਵਕਤ ਦੀ ਉਹ ਲੁੱਕਾ ਜਿਹੜੀ ਆ ਨਾ ਉਹ ਜਿੱਥੇ ਥੰਮੀ ਜੀ ਦਿੱਤੀ ਰਹੀ ਆ ਉਹ ਹੁਣ ਉੱਥੇ ਬਹਿੰਦੀ ਸੀ ਜਗ੍ਹਾ ਬਿਲਕੁਲ ਬਿਲਕੁਲ ਠੀਕ ਹੋ ਪਿੰਡ ਛਿੰਡ ਵੇਖਣ ਵਾਸਤੇ ਤੁਹਾਡੇ ਨਾਲ ਆਇਆ ਮੋਟਰਸਾਈਕਲ ਮੋਟਰਸਾਈਕਲ ਯਾਰ ਮੇਰੇ ਨਾਲ ਬਹਿ ਗਏ ਇੱਥੇ ਆ ਗਏ ਤੇ ਉਹਨਾਂ ਮੁੰਡੇ ਨੇ ਕੱਖਾ ਪਿੰਡ ਉੱਥੇ ਜਾਣਾ ਅੱਛਾ ਤੇ ਇੱਥੇ ਮੈਂ ਉਹਨਾਂ ਕਿਹਾ ਮੈਂ ਸਰਦਾਰ ਜੀ ਮੈਨੂੰ ਪਤਾ ਕੋਈ ਨੀ ਸਾਡੇ ਬੇਰੀ ਦੇ ਪੱਤੇ ਪੁੱਤੇ ਖਾ ਕੇ ਗਏ ਉਹਨਾਂ ਕਿਹਾ ਕਿ ਇਹ ਘਰ ਸਾਡੇ ਹਨ ਇੱਥੇ ਬੇਰੀ ਸੀ ਉਹ ਬੇਰੀ ਨੂੰ ਬੜਾ ਚੁੰਮ ਚਮ ਕੇ ਗਏ ਠੀਕ ਹੋ ਗਿਆ ਫਿਰ ਉਹਨਾਂ ਕਿਹਾ ਕਿ ਬਜ਼ੁਰਗ ਦੱਸੋ ਕਿ ਜਿਹੜਾ ਸਿਆਣਾ ਹੋਵੇ ਨਿਸ਼ਾਨੀ ਦਿੱਤੀ ਸੀ ਵੀ ਗੁਰਦੁਆਰੇ ਦੇ ਸਾਹਮਣੇ ਬੇਰੀ ਦਾ ਬੂਟਾ ਸੀ ਬਜ਼ੁਰਗ ਦੱਸੋ ਇੱਥੇ ਫਕੀਰ ਸਾਈ ਇੱਕ ਮਸੀਹ ਬਰਾ ਦਾ ਬੰਦਾ ਸੀ ਉਹ ਲੋਕਲ ਲੈਣ ਵਾਲੇ ਹੱਥੋਂ ਦੇ ਫਿਰ ਮੈਂ ਉਹਨਾਂ ਦੇ ਮੱਥੇ ਲਾਇਆ ਉਹਨੂੰ ਅੱਛਾ ਉਹ ਫਿਰ ਬੜੀਆਂ ਜੱਫੀਆਂ ਪਾ ਕੇ ਮਿਲੇ ਜਾਣਦੇ ਸਨ ਉਹਨਾਂ ਨੇ ਕੋਈ ਉਹਨੂੰ ਕਿਹਾ ਛੁਰਲੀ ਸਾਹਿਬ ਤੇ ਕੋਈ ਤੁਹਾਨੂੰ ਅਸੀਂ ਬਚਪਨ ਚ ਨਾਂ ਤੇਰਾ ਛੁਰਲੀ ਪਾਇਆ ਸੀ ਅੱਛਾ ਮਤਲਬ ਬੱਚੇਪਨ ਦੇ ਉਹਨੇ ਤੈਨੂੰ ਛੁਰਲੀ ਕਹਿੰਦੇ ਤੂੰ ਛੁਰਲੀ ਸ਼ਰੀਫ ਆ ਉਹਨੇ ਮੈਂ ਉਹੀ ਆ ਪੁੱਠੇ ਸਿੱਧੇ ਨਾ ਪਾਏ ਉਹ ਹਮ ਉਮਰ ਸਨ ਨਾ ਉਹ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਮੈਂ ਨਾਲ ਸਾਂ ਤੇ ਬਾਅਦ ਚ ਉਹ ਵਿਚਾਰੇ ਉਹ ਵੀ ਫੌਤ ਹੋ ਗਿਆ ਹੁਣ ਸਾਨੂੰ ਪਤਾ ਕੋਈ ਹੁਣ ਹਿਸਾਬ ਨਾਲ ਤਿੰਨਾਂ ਪਿੰਡਾਂ ਚ ਕੋਈ ਐਡੀ ਪੁਰਾਣੀ ਫੌਤ ਹੋ ਗਿਆ ਲੇਕਿਨ ਸਰਦਾਰ ਸਾਡੇ ਨਾਲ ਹੈ ਅੱਛਾ ਬਾਬਾ ਜੀ ਅਸੀਂ ਨਾ ਹੁਣ ਮਤਲਬ ਕਿ ਘੱਕੇ ਪਿੰਡ ਤੋਂ ਸ਼ਹਾਦੇ ਜਾ ਰਹੇ ਠੀਕ ਹੋ ਗਿਆ ਲੋ ਜੀ ਭਾਜੀ ਸਾਡੇ ਵੀਰ ਹਰਪ੍ਰੀਤ ਸਿੰਘ ਉਹਨਾਂ ਦੇ ਦਾਦਾ ਜੀ ਦਾ ਨਾਂ ਸਰਦਾਰ ਚੰਨਣ ਸਿੰਘ ਸੀ ਔਰ ਤਿੰਨ ਭਾਈ ਸਨ ਜੀ ਉਹ ਸਰਦਾਰ ਆਪਣਾ ਚੰਨਣ ਸਿੰਘ ਹੋ ਗਏ ਸਰਦਾਰ ਬਿਰਲਾ ਸਿੰਘ ਔਰ ਸਰਦਾਰ ਬਹਾਦਰ ਸਿੰਘ ਅਤੇ ਲਓ ਜੀ ਭਾਅ ਜੀ ਅਸੀਂ ਨਾ ਹੁਣ ਘੱਕੇ ਤੋਂ ਨਿਕਲ ਕੇ ਨਾ ਅਸੀਂ ਤੁਹਾਡੇ ਪਿੰਡ ਵੱਲ ਨੂੰ ਜਾ ਰਹੇ ਹਾਂ ਖੈਰ ਜ਼ਿਆਦਾ ਇਕੱਠੇ ਹੀ ਨੇ ਮਤਲਬ ਇੱਕ ਹੀ ਚੀਜ਼ ਹੋ ਗਈ ਪੱਠੇ ਉਦੋਂ ਵੀ ਪੁਰਾਣੇ ਪਿੰਡ ਦੇ ਆਬਾਦੀਆਂ ਅਲੱਗ ਅਲੱਗ ਇਸ ਤਰ੍ਹਾਂ ਕਿ ਤੁਹਾਡੇ ਬਾਪੂ ਜੀ ਦਾ ਕਹਿਣਾ ਸੀ ਕਿ ਯਾਰ ਪਿੰਡ ਇਕੱਠੇ ਨੇ ਕੋਲ ਲਈ ਇਕੱਠਾ ਹੋ ਗਿਆ ਸ਼ਹਾਦਾ ਹੋ ਗਿਆ ਬਿਲਕੁਲ ਧੋਣ ਧੋਣ ਜੀ ਹੋਰ ਸੰਘਣੀ ਵੱਧਦੀ ਹੋ ਗਈ ਨਾ ਮੈਨੂੰ ਸਾਨੂੰ ਰਿਕੁਐਸਟ ਕੀਤੀ ਹੈ ਉੱਧਰ ਪਾਰਲੇ ਪਾਸੇ ਇੰਡੀਆ ਤੋਂ ਨਾ ਗੁਰਦਾਸਪੁਰ ਜ਼ਿਲ੍ਹੇ ਤੋਂ ਪਿੰਡ ਆਦੀਆਂ ਤੋਂ ਹਰਪ੍ਰੀਤ ਸਿੰਘ ਨਾਮੇ ਮੁੰਡੇ ਨੇ ਉਹਨੇ ਕਿਹਾ ਜੀ ਮੇਰੇ ਬਜ਼ੁਰਗ ਨਾ ਪਿੰਡ ਘੱਕੇ ਸ਼ਹਾਦੇ ਤੋਂ ਸਨ
ਸਾਡੇ ਜੋ ਬਜ਼ੁਰਗ ਸਨ ਉਹ ਸ਼ਹਿਜ਼ਾਦੇ ਤੇ ਸਨ। ਮੈਂ ਕਿਹਾ ਕੀ ਨਾਂ ਪਤੇ ਨਾ, ਉਹਨਾਂ ਨਾਂ ਦੱਸੇ ਕਿ ਮੇਰੇ ਦਾਦੇ ਦਾ ਨਾਂ ਚੰਨਣ ਸਿੰਘ ਸੀ। ਅੱਛਾ। ਦੋ ਭਾਈ ਸਨ ਉਹਨਾਂ ਦੇ, ਸਰਦਾਰ ਬੇਲਾ ਸਿੰਘ ਤੇ ਬਹਾਦਰ ਸਿੰਘ। ਠੀਕ ਹੈ। ਅਤੇ ਮੈਂ ਕਿਹਾ ਕਿਹੜੀ ਬਰਾਦਰੀ? ਉਹਨਾਂ ਕਿਹਾ ਜੀ ਲੱਲੀ ਜੱਟ, ਅਸੀਂ ਲੱਲੀ ਜੱਟ ਹਾਂ। ਅਤੇ ਫਿਰ ਮੈਂ ਕਿਹਾ ਜੀ ਸਟੇਸ਼ਨ ਕਿਹੜਾ ਲੱਗਦਾ ਸੀ? ਮੈਂ ਕਿਹਾ ਜੀ ਸਾਨੂੰ ਬਸਤਾਨ ਸਟੇਸ਼ਨ ਲੱਗਦਾ ਸੀ। ਮੈਂ ਕਿਹਾ ਕੋਈ ਖੂਹ ਦੱਸੋ ਕੋਈ ਆਪਣਾ ਕਿੱਧਰ ਸੀ? ਉਹਨੇ ਅੰਡਰਾਪੁਰ ਕਿੱਧਰ ਹੋਇਆ? ਅੰਡਰਾਪੁਰ, ਅੰਡਰਾਪੁਰ ਕਿਹੜਾ? ਖੂਹ ਦੀ ਅਲ ਸਿੰਘ ਲਿਖੇ ਨਾਮ ਅੰਡਰਾਪੁਰ ਨੂੰ ਜਾਂਦੇ ਹੋਇਆ ਕੋਈ ਖੂਹ ਆਉਂਦਾ ਸੀ ਜਾਂ ਇਸ ਤਰ੍ਹਾਂ ਦਾ ਕੋਈ ਨਾਮ ਮਿਲਦਾ ਜੀ? ਤੁਸੀਂ ਸੁਣੇ ਨਾ ਆਇਆ ਬਜ਼ੁਰਗਾਂ ਤੋਂ, ਚੰਨਣ ਸਿੰਘ, ਬੇਲਾ ਸਿੰਘ, ਬਹਾਦਰ ਸਿੰਘ, ਇਸ ਤਰ੍ਹਾਂ ਦੇ ਆਪਣੇ ਬਜ਼ੁਰਗਾਂ ਕੋ ਚਾਰ ਘੜੀਆਂ ਬੈਠਾ ਬਾਬਾ ਅਨਵਰ ਨੂੰ ਕੋਈ ਪਤਾ ਚੱਲ। ਚਲੋ ਤੁਸੀਂ ਨਾ ਇਸ ਤਰ੍ਹਾਂ ਥੋੜਾ ਇਹਦੇ ਤੇ ਰੋਸ਼ਨੀ ਪਾ ਦੇ, ਛੱਪੜ ਤੇ। ਛੱਪੜ ਪੁਰਾਣਾ ਹੀ ਹੈ ਨਾ? ਪੁਰਾਣਾ ਪੁਰਾਣਾ ਛੱਪੜ ਆ। ਔਰ ਛੱਪੜ ਮਤਲਬ ਇਧਰੋਂ ਹੁੰਦਾ ਤੋੜਦਾ ਸੀ ਤੇ ਤੋੜ ਉਹ ਗਾਂ ਤੱਕ ਜਾਂਦਾ ਛੱਪੜ, ਯਾਨੀ ਇੱਧਰ ਨੂੰ, ਇੱਧਰ ਮਾਰੋ ਕੈਮਰਾ, ਘੱਕੇ ਵੱਲ ਨੂੰ ਸਜਾਦੇ ਉਹ ਨਿਕਲਦਾ ਸੀ। ਅੱਛਾ। ਤੇ ਇਹ ਨਾਲ ਨਾਲ ਘੱਕੇ ਨੂੰ ਜਾਂਦਾ ਸੀ ਤੇ ਲੁਹਾਰਾਂ ਦੀ ਬਰਾਦਰੀ ਜਿਹੜੀ ਤੁਸੀਂ ਕਹਿੰਦੇ ਸਰਦਾਰਾਂ ਦੇ ਘਰ ਲੁਹਾਰਾਂ ਦੇ, ਇਹ ਉਹਨਾਂ ਦੇ ਨਾਲ ਅਟੈਚ ਹੁੰਦਾ ਸੀ। ਇਹ ਮੇਰਾ ਅੱਬਾ ਜਿਹੜਾ ਸੀ ਨਾ, ਉਹ ਜਦੋਂ ਜੰਗ ਲੱਗੀ ਸੀ ਨਾ, ਜੰਗ ਦੇ ਦੌਰਾਨ ਉਹ ਇੱਧਰ ਆ ਰਹਿ ਗਏ। ਤੁਹਾਡੀ ਕਿਹੜੀ ਬਰਾਦਰੀ? ਮਸੀਹ ਬਰਾਦਰੀ। ਤੁਸੀਂ ਮਸੀਹ ਬਰਾਦਰੀ? ਹਾਂਜੀ। ਕੀ ਨਾਮ ਵਾਲ ਸਾਹਿਬ ਦਾ? ਨਿਆਮਤ ਮਸੀਹ। ਤੇ ਦਾਦੇ ਦਾ ਨਾਂ ਕੀ ਸੀ? ਫਤਿਹ ਮਸੀਹ। ਲਓ ਜੀ, ਫਤਿਹ ਮਸੀਹ, ਬਾਬੇ ਫਤਿਹ ਮਸੀਹ ਦੇ ਦੌਰ ਦੀਆਂ ਗੱਲਾਂ ਨੇ। ਹਾਂਜੀ, ਮੈਂ ਤੁਹਾਡੇ ਨਾਲ। ਹਾਂਜੀ ਹਾਂਜੀ, ਠੀਕ ਹੈ ਨਾ? ਹਾਂਜੀ। ਤੇ ਦੇਖੋ ਜ਼ਿਆਦਾ ਮਜੀਦ ਪਿੱਛੇ ਤੇ ਨਹੀਂ ਦਾਦਾ, ਜਿੰਨੀ ਕਹੀ ਜਾਣੇ ਆ। ਕਿੰਨੇ ਭਰਾ ਸਨ ਬਾਬਾ ਬਾਬੇ ਫਤਿਹ ਹੋਰੇ? ਤੁਹਾਡਾ ਦਾਦੇ ਇੱਕ ਭਾਈ ਸਨ, ਦੋ ਭਾਈ ਸਨ, ਕਿੰਨੇ ਸਨ ਪਤਾ ਕੋਈ? ਡਾਇਰੈਕਸ਼ਨ ਵਾਈਜ਼ ਪੰਜਾਬੀ ਚ ਲਹਿੰਦਾ ਪਾਸੇ। ਲੋ ਜੀ, ਪੁਰਾਣੇ ਬਜ਼ੁਰਗ ਨਹੀਂ ਰਹੇ ਪੂਰੇ ਦੱਸਣਾ ਸੀ ਡਿਟੇਲ ਉਹਨਾਂ ਦੇ, ਤੁਹਾਨੂੰ ਇੰਡੀਆ ਦੇ ਬਜ਼ੁਰਗਾਂ ਨਾਲ ਮਿਲੇ ਸਨ ਮਸੀਹ ਬਰਾਦਰੀ ਦੇ, ਇਹਨਾਂ ਦੇ ਹੀ ਸਨ? ਇਹਨਾਂ ਦਾ ਤਾਇਆ ਸੀ ਉਹ, ਫਕੀਰ ਆਪਣੇ ਕੀ ਨਹੀਂ, ਫਕੀਰ ਸਾਈਂ, ਫਕੀਰ ਸਾਈ ਇਹਨਾਂ ਦਾ ਤਾਇਆ ਸੀ। ਤੇ ਉਹ ਤੇ ਸਾਰੇ ਹੀ ਉਹਨਾਂ ਹੱਥ ਸਾਰੇ ਗੱਲਾਂ ਕਰ ਰਹੇ ਨੇ, ਚੱਪੀਆਂ ਪਾ ਕਰਦੇ ਆ। ਅੱਛਾ ਅੱਛਾ ਅੱਛਾ। ਉਹ ਜਿਹੜੇ ਸਰਦਾਰ ਸਾਹਿਬ ਆਏ ਸਨ 20-22 ਸਾਲ ਪਹਿਲੇ, ਉਹ ਇਹਨਾਂ ਦੇ ਤਾਇਆ ਨੂੰ ਮਿਲਾਇਆ ਸੀ, ਮੈਂ ਮਿਲਾਇਆ ਸੀ। ਤੇ ਇੱਕ ਦੂਸਰੇ ਨੂੰ ਬੜੇ ਚੰਗੀ ਤਰ੍ਹਾਂ ਜਾਣਦੇ ਹਾਂ ਸਨ, ਬਚਪਨ ਦੀਆਂ ਗੱਲਾਂ ਕਰਦੇ ਹਨ, ਬਚਪਨ ਦੀਆਂ ਗੱਲਾਂ, ਕਿਉਂਕਿ ਇੱਥੇ ਰਹਿੰਦੇ ਪੈਂਦੇ ਇਕੱਠੇ ਰਹਿਣਾ। ਅੱਬਾ ਮੇਰਾ ਤੇ ਇੰਡੀਆ 'ਚ ਰਹਿੰਦਾ ਰਿਹਾ, ਯਾਨੀ ਕਿ ਮੁਲਾਕਾਤ ਸਾਡੀ ਜਿਹੜੀ ਹੈ ਨਾ ਉਹ ਫਿਲਹਾਲ ਉੱਧਰ ਹੀ ਰਹੇਗੀ। ਅਤੇ ਉਹਨਾਂ ਦੀ ਸ਼ਾਦੀ ਕੀਤੀ ਦੀ ਉੱਧਰ, ਹਾਂ, ਅਤੇ ਉਹ ਅੱਬੇ ਹੋਰੀ ਇੱਧਰ ਆਏ ਅਤੇ ਜੰਗ ਸ਼ੁਰੂ ਹੋ ਗਈ, ਪਰ ਉਹ ਉੱਧਰ ਦੇ ਉੱਧਰ ਰਹਿ ਗਏ ਅਤੇ ਇੱਧਰ ਦੇ ਇੱਧਰ ਰਹਿ ਗਏ। ਕੌਣ ਉੱਧਰ ਰਹਿ ਗਏ ਤੁਹਾਡੇ? ਫੁੱਫੋ ਸਾਹਿਬ। ਕੀ ਨਾਂ ਸੀ ਉਹ ਫੁੱਫੋ ਦਾ? ਹੁਣ ਨਾਂ ਨਹੀਂ ਮੈਨੂੰ ਆ ਰਿਹਾ। ਪਿੰਡ ਕਿਹੜਾ? ਉਹ ਫਤਿਹਗੜ੍ਹ ਚੂੜੀਆਂ। ਫਤਿਹਗੜ੍ਹ ਚੂੜੀਆਂ। ਅੱਛਾ ਅੱਛਾ। ਮੈਂ ਨਾ ਇਸ ਵੇਲੇ ਜਿਸ ਹਿੱਸੇ 'ਚ ਜਾਂ ਜਿਸ ਜਗ੍ਹਾ 'ਤੇ ਖੜ੍ਹਾ ਵਾਂ, ਕਹਿ ਲਓ ਕਿ ਇੱਥੋਂ ਹੀ ਇੱਧਰਲੇ ਬੰਨੇ ਸ਼ਹਿਜ਼ਾਦਾ ਸ਼ੁਰੂ ਹੋ ਜਾਂਦਾ ਵੇ, ਅਤੇ ਇੱਧਰਲੇ ਬੰਨੇ ਜਨਾਬ ਸ਼ੁਰੂ ਹੋ ਗਿਆ ਕੱਕਾ, ਯਾਨੀ ਇਹ ਕੱਕਾ ਵੇ। ਹਾਂਜੀ ਹਾਂਜੀ, ਇਹ ਏਰੀਆ ਕੱਕਾ ਵੇ, ਅਤੇ ਇਦੋਂ ਪਾਰਲੇ ਪਾਸੇ ਫਿਰ ਕੋਟਲੀ। ਇਹ ਕੱਕਾ ਏ? ਅੱਛਾ, ਇਹ ਕੋਟਲੀ। ਅੱਛਾ, ਇਹ ਕੱਕਾ ਵੇ? ਕੱਕਾ ਕੋਟਲੀ ਨਾਲ ਨਾਲ ਕੱਕਾ ਕੋਟਲੀ। ਠੀਕ, ਇਹ ਸ਼ਹਿਜ਼ਾਦਾ, ਇਹ ਸ਼ਹਿਜ਼ਾਦਾ, ਸਹੀ ਹੋ ਗਿਆ। ਮੈਂ ਉੱਥੇ ਫਿਰ ਤੁਸੀਂ ਆ ਜਾਣਾ। ਹੈਲੋ ਵੀਰ ਜੀ, ਹਰਪ੍ਰੀਤ ਭਾਜੀ, ਤੁਹਾਡੇ ਬਜ਼ੁਰਗਾਂ ਦਾ ਪਿੰਡ ਸ਼ਹਿਜ਼ਾਦਾ। ਠੀਕ ਹੈ, ਇੱਥੇ ਤੁਹਾਨੂੰ ਹਲੇ ਵੀ ਕੱਚੇ ਘਰ ਵੇਖਣ ਨੂੰ ਮਿਲਣਗੇ।
ਬਜ਼ੁਰਗ ਸਾਡੇ ਆਣ ਤੋਂ ਪਹਿਲੇ ਤੁਹਾਡੇ ਚੜਾਈ ਕਰ ਗਏ ਅੱਜ ਅੱਲਾ ਨੂੰ ਪਿਆਰੇ ਹੋ ਗਏ ਹਾਂਜੀ ਇਹ ਤੁਸੀਂ ਦਿਖਾਓਗੇ ਨਾ ਉਹਨਾਂ ਨੂੰ ਯਾਦ ਆ ਜਾਏਗਾ ਸਜਾਦਾ ਇੱਥੇ ਬਸਤੀ ਹੁੰਦੀ ਅੱਛਾ ਹਾਂਜੀ ਸਾਰੀ ਬਸਤੀ ਹੁੰਦੀ ਚਲੇ ਚੁਲੇ ਗਏ ਨੇ ਸ਼ਹਿਰਾਂ 'ਚ ਸਾਰੇ ਹੀ ਪਿੰਡ ਜੀ ਸਜਾਦਾ ਇੱਧਰ ਬੰਨਿਆ ਤੁਹਾਨੂੰ ਘਰ ਪੂਰੇ ਨਜ਼ਰ ਆ ਰਹੇ ਨੇ ਪਿੰਡ ਕੱਕਾ ਇਹ ਸਿੱਧਾ ਜਨਾਬ ਤੁਸੀਂ ਰਹੋ ਅਤੇ ਕੋਲ ਲਈ ਜੀ ਮੈਂ ਇਸ ਵੇਲੇ ਮੌਜੂਦ ਹਾਂ ਜੀ ਪਿੰਡ ਕੱਕਾ ਸ਼ਹਿਜ਼ਾਦਾ ਦੇ ਕੋਲ ਠੀਕ ਹੈ ਇਹ ਤਿੰਨ ਨਾਂ ਇਸ ਲਈ ਇਕੱਠੇ ਲੈ ਰਿਹਾ ਵਾਂ ਕਿਉਂਕਿ ਤਿੰਨ ਪਿੰਡ ਬਿਲਕੁਲ ਇਸ ਵੇਲੇ ਮਿਲ ਗਏ ਇਸ ਵੇਲੇ ਨਹੀਂ ਬਲਕਿ ਅੱਜ ਤੋਂ 77 ਸਾਲ ਪਿੱਛੇ ਟੁਰ ਜਾਈਏ ਜਦੋਂ ਪਾਕਿਸਤਾਨ ਵਜੂਦ 'ਚ ਨਹੀਂ ਸੀ ਆਇਆ ਉਹਨਾਂ ਤੋਂ ਪਹਿਲੇ ਦੀ ਗੱਲ ਹੈ ਪਿੰਡ ਤਕਰੀਬਨ ਇਕੱਠੇ ਜਿਸ ਤਰ੍ਹਾਂ ਕੱਕਾ ਅਤੇ ਕੋਲੀ ਇਕੱਠੇ ਪਿੰਡ ਸਜਾਏ ਜਾਂਦੇ ਸਨ ਜਾਂ ਸਜਾਦਾ ਹੋ ਗਿਆ ਅੱਛਾ ਔਰ ਜੀ ਪਿੰਡ ਵੜਦਿਆਂ ਸਾਰ ਹੀ ਇਹ ਰਸਤਾ ਸਾਨੂੰ ਆਪਣਾ ਅਸੀਂ ਆਏ ਗੁਰਾਲੇ ਗੁਰਾਲੇ ਰਸਤਿਆਂ ਤੋਂ ਅਸੀਂ ਹੁੰਦੇ ਆਏ ਆਪਣਾ ਹਰਪ੍ਰੀਤ ਭਾਅ ਜੀ ਸਪੈਸ਼ਲੀ ਤੁਹਾਡੀ ਰਿਕੁਐਸਟ 'ਤੇ ਅਸੀਂ ਆਏ ਅਤੇ ਹਾਂ ਪਿੰਡ ਤਿੰਨਾਂ ਪਿੰਡਾਂ ਦੇ ਕਹਿ ਲਓ ਕਿੰਟਰ ਹੁੰਦੇ ਆ ਪਹਿਲੇ ਜੋ ਸਾਨੂੰ ਇੱਕ ਚੀਜ਼ ਮਿਲਦੀ ਉਹ ਜੀ ਬਹੁਤ ਵੱਡਾ ਬੜਾ ਵਿਸ਼ਾਲ ਕਿਸਮ ਦਾ ਜਨਾਬ ਬੜਾ ਤਗੜਾ ਬੋਰਡ ਠੀਕ ਹੈ ਅਤੇ ਭਾਅ ਜੀ ਇਹ ਕਿਸ ਗੱਲ ਦਾ ਅੰਦਾਜ਼ਾ ਨਹੀਂ ਅਸੀਂ ਕਰ ਸਕਦੇ ਕਿ 200 ਸਾਲ ਪੁਰਾਣਾ ਵੇ 300 ਸਾਲ ਪੁਰਾਣਾ ਵੇ 400 ਸਾਲ ਪੁਰਾਣਾ ਠੀਕ ਹੈ ਅਤੇ ਮੈਂ ਤੇਰਾ ਸਮਾਨ ਭਾਈ ਆ ਗੁਜ਼ਰੇ ਤੇਰਾ ਸਿੰਘਾ ਤੇਰਾ ਇੱਕ ਤੇਰਾ ਥੱਲੋਂ ਦੀ ਨੰਗੀ ਹੋਇਆ ਤੇਰਾ ਇਹ ਵਾਲਾ ਬਣਿਆ ਮੈਂ ਅਤੇ ਇਹ ਵੇਖੋ ਹਾਂ ਉੱਧਰੋਂ ਤੁਸੀਂ ਆਓ ਬਿਲਕੁਲ ਅਤੇ ਇਹ ਕਿ ਤੁਹਾਨੂੰ ਥੋੜ੍ਹਾ ਜਿਹਾ ਡੈਮੋ ਦੇਣ ਲੱਗਿਆ ਅਤੇ ਤੁਹਾਨੂੰ ਪਤਾ ਹੀ ਕਿ ਅਕਸਰ ਜਿਹੜਾ ਤਹਿਸੀਲ ਸ਼ਕਰਗੜ੍ਹ ਦਾ ਏਰੀਆ ਵੀ ਮੈਂ ਸਮਾਨ ਭਾਈ ਨੇ ਕਿਹਾ ਤੁਸੀਂ ਬੋਲ ਇਹ ਵੇਖੋ ਜੀ ਮਤਲਬ ਦਾਦਾ ਕਰ ਲਓ ਕਿ ਜਿਹੜੀਆਂ ਵੱਡੀਆਂ ਖੋੜਾਂ ਨੇ ਠੀਕ ਹੈ ਖੂਹ ਕਿੱਥੇ ਦੱਸਦੇ ਫਿਰ ਰਕਬਾ ਵੇ ਜਿਹੜਾ ਸਾਨੂੰ ਪੈਲੀਆਂ ਖੇਤ ਖਲਿਆਣ ਨਜ਼ਰ ਆ ਰਹੇ ਨੇ ਅਸਲਮ ਖਾਨ ਨਹੀਂ ਹੁਣ ਤੇ ਅਸਲਮ ਖਾਨ ਦਾ ਰਕਬਾ ਵੇ ਹੈ ਕੱਕੇ ਸ਼ਹਿਜ਼ਾਦੇ ਦਾ ਆਪਣਾ ਸ਼ਹਿਜ਼ਾਦੇ ਦਾ ਰਕਬਾ ਹੈ ਕੱਕੇ ਦਾ ਰਕਬਾ ਤਾਂ ਸ਼ਹਿਜ਼ਾਦੇ ਦਾ ਪਿਓ ਪਾਰ ਵਾਹ 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 ਯਾਨੀ ਇਹ ਰਸਤਾ ਇੱਕ ਤਰੀਕੇ ਦਾ ਡਿਵਾਈਡ ਵੀ ਕਰਦਾ ਵਾ ਕਿ ਇੱਧਰਲੇ ਬੰਨੇ ਪਿੰਡ ਕੱਕੇ ਦਾ ਰਕਬਾ ਵੇ ਅਤੇ ਰਸਤੇ ਤੋਂ ਪਾਰਲਾ ਸ਼ਹਿਜ਼ਾਦੇ ਦਾ ਰਕਬਾ ਠੀਕ ਹੈ ਅਤੇ ਇਹ ਉਹ ਖੂਹ ਹੈ ਜੀ ਇਹਦਾ ਨਕਸ਼ਾ ਤੁਹਾਨੂੰ ਨਜ਼ਰ ਆ ਰਿਹਾ ਵੇ ਹਾਂਜੀ ਹਾਂਜੀ ਹਾਂ ਹਾਂ ਬਿਲਕੁਲ ਆ ਰਹੀ ਹੈ ਹਾਂਜੀ 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 ਲਓ ਜੀ ਪਿੰਡ ਵੜਦਿਆਂ ਸਾਰ ਹੀ ਕਮਾਲ ਹੋ ਗਿਆ ਜੀ ਐਡੀ ਪੁਰਾਣੀ ਨਿਸ਼ਾਨੀ ਠੀਕ ਹੋਏ 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 ਇੱਧਰ ਨਾ ਮੈਂ ਗਿਆ ਇੱਕ ਪਿੰਡ ਬੇੜੀ ਖੁਰਦ ਖਿਲਾਸਪੁਰ ਬੇੜੀਆਂ ਉੱਧਰ ਹਾਂ ਹਾਂ ਉੱਥੇ ਵੀ ਬੜੇ ਬੜੇ ਮਤਲਬ ਕਿ ਪੁਰਾਣੇ ਬੋਰਡ ਸੀ ਔਰ ਯਕੀਨ ਕਰੋ ਇਹ ਉਹਨਾਂ ਤੋਂ ਵੀ ਵੱਡਾ ਬੋਰਡ ਜਿਹਾ ਉੱਥੇ ਮੈਂ ਬੜੇ ਪੁਰਾਣੇ ਉਹਨਾਂ ਤੋਂ ਵੱਡਾ ਬੋਰਡ ਜੀ ਹਾਂ ਬਹੁਤ ਪੁਰਾਣਾ ਹੈ ਕਜਰੂੜ ਇੱਥੇ ਵੱਡੇ ਓ ਹੋਏ 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 ਕਮਾਲ ਹੋ ਗਿਆ ਯਾਰ ਠੀਕ ਹੈ